इंडिया जैसे मेंबर साहिबान आए थे वेलकम टू खन्ना न्यूज लाइव। अज शहर दियां समाज सेवी संस्थावां ने लोड़वंद व्यक्तियों नूं ट्राईसाइकल व्हील चेयर अते बैड वंडे। खन्ना शहर दियां समाज सेवी संस्थावां ह्यूमन वेलफेयर ब्लड डोनर एसोसीएशन महा ब्लड सेवा खन्ना अते न्यू एज वेलफेयर क्लब वल्लों सांझा उद्यम करके अज खन्ना दे रेलवे रोड ते स्थित शिवा कॉम्पलैक्स विच समागम आयोजित किया गया। इस मौके लोड़वंद व्यक्तियों नूं व्हीलचेयर ट्राईसाइकल अते बैड वंडे गए। समागम दौरान मुख मेहमान वजों महिंदर पाल वडेरा सिविल हस्पताल खन्ना दे SMO डॉक्टर सतपाल CHC मानूपुर दे SMO डॉक्टर रवि दत्त ने विशेष तौर पर शिरकत की। इस मौके सारिया संस्थावां दे मुख अहुदेदार हाजिर सन। बहुत बहुत धन्यवाद करते हैं जिहड़ा कि सानूं टाइम कढ़ के साडे नाल आ जांदे आ। इस करके अज मैडिकल दी बेस दे उत्ते साडे ह्यूमन वेलफेयर ब्लड एसोसीएशन महाकाल ब्लड सेवा सोसायटी न्यू वे क्लब वालों असीं तिन्हां ने उपराला कीता भी ये तिन्ने सानूं 20 दिन तो पेंडिंग थी साढ़े कोल। असीं कहा भी एक दिन असीं चुनीए ते कल अज तकरीबन असीं प्रधान जी नूं कल गल कीती ते शाम नूं असीं ये तिन्ने चीज़ां दा अरेंजमेंट करवा के कि अज असीं मैडिकल दिवस उत्ते देण लगे ते नाले दवाइयां भी असीं जो भी है फ्री दवाइयां भी असीं अज दवांगे। थैंक यू ਜਾ ਕੋਈ ਸੰਸਥਾ ਕੰਮ ਕਰਦੀਆਂ ਨੇ ਤਿੰਨੇ ਸੰਸਥਾਵਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਟਾਈਚਾਗਲ ਵੀਕੇਅਰ ਅਤੇ ਬੈੱਡ ਅਤੇ ਦਿੱਤਾ ਹੈ। ਇਹ ਦਿੱਤਾ ਕਿੱਥੋਂ ਹੈ? ਇਹ ਜਿਹੜੇ ਸ਼ਹਿਰ ਦੇ ਦਾਨਵੀਰ ਬੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੂੰ ਇੱਕ ਫੋਨ ਵੀ ਕਰਨ ਦੀ ਲੋੜ ਹੈ ਔਰ ਉਸੇ ਟਾਈਮ ਕਹਿੰਦੇ ਜਸਟ ਸ਼ਾਹੀ ਸਾਹਿਬ ਮੈਂ ਅਸੀਂ ਤਿਆਰ ਹਾਂ ਦੇਣ ਵਾਸਤੇ ਔਰ ਮੈਂ ਸ਼ਹਿਰ ਦੇ ਜਿੰਨੇ ਵੀ ਦਾਨਵੀਰ ਬੈਠੇ ਨੇ ਉਹਨਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਸਹਿਯੋਗ ਨਾਲ ਸਾਡੇ ਨਾਲ ਕੰਮ ਜੁੜੇ ਹੋਏ ਨੇ ਸਾਨੂੰ ਸਹਿਯੋਗ ਦਿੰਦੇ ਨੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਇਹਦੇ ਨਾਲ ਅਸੀਂ ਪਰਸੋਂ ਚੌਥੀ ਗੱਲ ਹੋਈ ਹੈ ਕਿ ਅਸੀਂ ਵਾਟਰ ਕੂਲਰ ਲਾਉਣੇ ਸੀਗੇ ਇੱਕ ਵਧੀਆ ਫੋਨ ਆਇਆ ਕਿ ਮੇਰੇ ਦੋ ਵਾਟਰ ਕੂਲਰ ਲਾ ਦਿਓ ਜੀ ਅਸੀਂ ਹੁਣੇ ਹਿੰਦੀ ਪੁਤਲੀ ਪਾਠਸ਼ਾਲਾ ਸਕੂਲ ਦੇ ਵਿੱਚ ਅਤੇ ਸ਼ਿਬੂ ਮਿਲ ਧੋਣ ਦੇ ਵਿੱਚ ਦੋ ਵਾਟਰ ਕੂਲਰ ਲਾ ਰਹੇ ਹਾਂ ਇੱਕ ਵਾਟਰ ਕੂਲਰ ਹੁਣੇ ਤੁਸੀਂ ਵਰਮਾ ਜੀ ਨੇ ਮੈਨੂੰ ਆਰਡਰ ਦਿੱਤਾ ਕਿ ਮੇਰਾ ਲਾਓ ਜੀ ਇੱਕ ਵਾਟਰ ਕੂਲਰ ਔਰ ਇਹ ਸ਼ਹਿਰ ਦੇ ਹੀ ਜਿਹੜੇ ਦਾਨਵੀਰ ਬੰਦੇ ਨੇ ਉਹਨਾਂ ਦੀ ਕਿਰਪਾ ਨਾਲ ਹੋ ਰਿਹਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਪਣੇ ਭਾਸ਼ਣ ਦੇ ਵਿੱਚ ਵੀ ਦੱਸਿਆ ਜਿਵੇਂ ਜਿਹੜੀਆਂ ਇਨਫੈਕਸ਼ਨ ਡਿਜੀਜ਼ ਸੀਗੀਆਂ ਕੋਮਿਊਨੀਕੇਬਲ ਡਿਜੀਜ਼ ਸੀ ਬੱਚਿਆਂ ਦੇ ਵਿੱਚ ਜਿਹੜੀਆਂ 6 ਮਹਾਂਮਾਰੀਆਂ ਅਕਸਰ ਮੋਰਟੈਲਿਟੀ ਦਾ ਬਹੁਤ ਵੱਡਾ ਹਿੱਸਾ ਹੁੰਦੀਆਂ ਸੀ ਉਹ ਜਿਹੜੀ ਵੈਕਸੀਨੇਸ਼ਨ ਪ੍ਰੋਗਰਾਮ WHO ਨੇ ਸ਼ੁਰੂ ਕੀਤਾ ਉਹ ਜਿਹੜੇ ਮਰੈਕੁਲਸ ਰਿਜ਼ਲਟਸ ਨੇ ਆਪਾਂ ਨੂੰ ਮਿਲੇ ਨੇ ਜਾ ਕੇ ਜਿਹੜਾ ਉਹਦਾ ਇਨਫੈਂਟ ਮੋਰਟੈਲਿਟੀ ਇਨਫੈਂਟ ਮੋਰਟੈਲਿਟੀ ਰੇਟ ਆਪਾਂ 30 'ਤੇ ਆ ਗਿਆ ਜਿਹੜਾ ਕਿਸੇ ਜ਼ਮਾਨੇ 'ਚ 200 ਦੇ ਕਰੀਬ ਹੁੰਦਾ ਸੀਗਾ ਅਤੇ ਇਹ ਵੈਕਸੀਨੇਸ਼ਨ ਉਸ ਤਰ੍ਹਾਂ ਦੀ ਹੀ ਲਾਈਨ 'ਤੇ ਇਮਿਊਨਿਟੀ ਕ੍ਰੀਏਟ ਕਰਨ ਦਾ ਇੱਕ ਸਿਸਟਮ ਹੈਗਾ ਸਰਕਾਰ ਵੱਲੋਂ ਚਲਾਇਆ ਗਿਆ ਜਿਹੜਾ ਪ੍ਰਾਇਮਰੀ ਹੈਲਥ ਕੇਅਰ ਦਾ ਕੰਪੋਨੈਂਟ ਹੈ ਜਿਹੜੀ ਜੇ ਕਿਸੇ ਨੂੰ ਇਨਫੈਕਸ਼ਨ ਹੁੰਦੀ ਹੈ ਤਾਂ ਉਸ ਤੋਂ ਬਚ ਸਕੇ। ਵੈਕਸੀਨੇਸ਼ਨ ਉਹਦਾ ਹਿੱਸਾ ਹੈ। ਵੈਕਸੀਨੇਸ਼ਨ ਦੇ ਸੰਬੰਧ ਵਿੱਚ ਜਿਹੜੀ ਰਿਊਮਰਸ ਹੈ ਜਿਹੜੀ ਚੱਲ ਰਹੀ ਹੈ ਉਹ ਆਪਾਂ ਨੇ ਲੋਕਾਂ ਨੇ ਮਿਲ ਕੇ ਲੋਕਾਂ ਦਾ ਜਿਹੜਾ ਹੈਗਾ ਉਹ ਜਿਹੜੇ ਲੋਕ ਘੱਟ ਪੜ੍ਹੇ ਲਿਖੇ ਨੇ ਉਹ ਹੋ ਗਏ ਜਿਹੜੇ ਇਗਨੋਰੈਂਟ ਲੋਕ ਨੇ ਜਿਹੜੇ ਜਲਦੀ ਮੋਟੀਵੇਟ ਹੋ ਜਾਂਦੇ ਆ ਵੀ ਇਸ ਚੀਜ਼ ਦਾ ਵੀ ਇਹ ਤਾਂ ਗਲਤ ਗੱਲ ਹੋਣੀ ਹੈ ਕੋਈ ਨੁਕਸਾਨ ਹੋ ਸਕਦਾ ਉਹ ਆਪਾਂ ਨੇ ਉਹਨਾਂ ਦੇ ਜਿਹੜੇ ਰੋਂਗ ਇੰਪਰੈਸ਼ਨ ਜਿਹੜੇ ਰਿਮੂਵ ਕਰਨੇ ਨੇ ਅਤੇ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੇ ਵੈਕਸੀਨੇਸ਼ਨ ਲਵਾ ਸਕਣ ਤਾਂ ਕਿ ਇਸ ਮਹਾਂਮਾਰੀ ਦੀ ਜਿਹੜੀ ਚੇਨ ਨੂੰ ਹੈ ਰੋਕਿਆ ਜਾਵੇ ਅਤੇ ਪੈਂਡਾਮਿਕ ਅਤੇ ਐਪੀਡੈਮਿਕ ਤੋਂ ਬਚਿਆ ਜਾ ਸਕੇ। ਥੈਂਕ ਯੂ। ਪਟਿਆਲੇ ਮੈਂ ਅੱਜ ਤੋਂ ਲਾਸਟ 6 ਈਅਰ ਤੋਂ ਮਤਲਬ ਨਿੱਜੀ ਸੰਸਥਾ ਦਾ ਇੱਕ ਮੈਂਬਰ ਵੀ ਹਾਂ ਹਿਊਮਨ ਰਾਈਟ ਕੇਅਰ ਔਰਗਨਾਈਜੇਸ਼ਨ ਅਤੇ ਇੱਥੇ ਬਾਰੇ ਵੀ ਹੁਣ ਮੈਂ ਪੇਪਰਾਂ 'ਚ ਪੜ੍ਹਿਆ ਅਤੇ ਆਪਣਾ ਮੀਡੀਆ ਰਾਹੀਂ ਮੈਨੂੰ ਪਤਾ ਲੱਗਿਆ ਵੀ ਕਾਫੀ ਮਤਲਬ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਅਤੇ ਮੈਂ ਆਪਣੇ ਠੀਕ ਹੈ ਜੀ ਮੁਕੇਸ਼ ਸਿੰਘ ਜੀ ਨੂੰ ਅਤੇ ਗੱਲ ਸਾਂਝੀ ਕੀਤੀ ਸੀ ਮੈਂ ਕਿਹਾ ਚਲੋ ਕੁਛ ਮੇਰੇ ਵੱਲੋਂ ਵੀ ਮਤਲਬ ਕੁਛ ਕੰਟਰੀਬਿਊਸ਼ਨ ਹੋ ਜਾਵੇ ਅਤੇ ਇਨ ਫਿਊਚਰ ਵਾਸਤੇ ਮੈਂ ਇੱਥੋਂ ਦੀ ਸੰਸਥਾ ਦਾ ਵੀ ਮੈਂਬਰ ਬਣਾ। ਥੈਂਕ ਯੂ ਜੀ। ਖੰਨਾ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।